हाँ जी भाई सत श्रीकाल जी। और भाजी ठीक ठाक जी, कि चल रहे जी? नहीं नहीं आखे थोड़ा जहा भाजी अगर ठंड बाली सी ते वीडियो में दो पांच चार ही बन दी। चलो ਮਤਾ ਠੰਡਾ ਜਿਹਾ ਅਸੀਂ ਕਹਿੰਦੇ ਹਾਂ ਬਾਜ਼ਾਰ ਤੁਰ ਪੈਣਾ ਪਰ ਹਾਲੇ ਤੁਸੀਂ ਚਲੋ 15,000 ਚਲੋ 15,000 ਵਿਕੀ ਬਾਕੀ ਜਾਂਦਾ ਉਤਰਾ ਮਾਲ ਠੀਕ ਹੈ ਜਾਂਦਾ ਮਾਲ ਠੀਕ ਹੈ ਠੀਕ ਹਾਂਜੀ ਮੇਰੇ ਫੋਨ ਆਏ ਉਧਰ ਸਾਈਡ ਤੋਂ ਆਪਣਾ ਪਟਿਆਲੇ ਸਾਈਡ ਤੋਂ ਬਾਈ ਜੀ ਹੋਣਾਂ ਨੇ ਵੀਡੀਓ ਬਣਾਈ ਮੈਂ ਕਿਹਾ ਜੀ ਥੋੜਾ ਜਿਹਾ ਵੇਹ ਟਾਈਮ ਸਾਡੇ ਲਈ ਕੋਈ ਦਿੱਕਤ ਆ ਮੇਰੇ ਹੁਣ ਵੀਡੀਓ ਮੈਂ ਐਸ ਐਨ ਪੰਜ ਵੀਡੀਓ ਪੰਜ ਨੇ ਤੁਹਾਡੀਆਂ ਇਹਨੂੰ ਬੇਟੇ ਨੂੰ ਸੰਦੀਪ ਜੀ ਵਾਕਫ ਹੋਣਾ ਹੈ ਮੈਨੂੰ ਵਾਕਫ ਹੋਣਾ ਉਹਦੇ ਹਾਂਜੀ ਹਾਂਜੀ ਭਾਜੀ ਵੀਡੀਓ ਕਰੀ ਬਣਾਉਂਦੇ ਲੇਟ ਹੋ ਗਈ ਆ ਹਾਂਜੀ ਮੈਂ ਤਾਂ ਦੋ ਵੀਡੀਓ ਸਾਡੀਆਂ ਤੁਸੀਂ ਮਿਸ ਕਰਤੀਆਂ ਹੋ ਗਿਆ ਮੈਸੇਜ ਹੋ ਗਿਆ ਹਾਂਜੀ ਚਲੋ ਕੋਈ ਨਹੀਂ ਤੇ ਕੋਈ ਨਹੀਂ ਆਪਾਂ ਅਗਲੇ ਹਫਤੇ ਦੋ ਹੀ ਬਣਾ ਲਾਂਗੇ ਇਕੱਠੇ ਬਣਾ ਲਾਂਗੇ ਕੋਈ ਨਹੀਂ ਕੋਈ ਕੱਲ ਪਰਸੋਂ ਤੱਕ ਹਾਂ ਫਿਰ ਬਣ ਜਾਣੀ ਕੋਈ ਚੱਕਰ ਨਹੀਂ ਬਣਾਉਣਾ ਕੋਈ ਗੱਲ ਨਹੀਂ ਸੰਦੀਪ ਜੀ ਇਹ ਆ ਵੀ ਤੁਹਾਡੀ ਬਹੁਤ ਮਿਹਰਬਾਨੀ ਜਿਹੜਾ ਸੰਦੀਪ बिलकुल जी बिलकुल फोन करके चलो एक दो बंदे घाले भी दो हां दो आने कोला एक सिनी ने बंदा थोड़े सिरे पे थोड़े को सिनी यार ने पहले जाना अच्छा इने पहले जाना खराब लगे चाह बार बार ने जाना भी आंदा चंगे मुल्कां जा अच्छा ठीक है जी मैं आ जा पद्रो चलो कोई नहीं जी इना बारे कमा अच्छा चलो कोई गल फिर की हां बिल्कुल चलो ਅੱਜ ਫਿਰ ਕਿੰਨੇ ਮਹੀਆਂ ਸੇਲ ਹੈ ਜੀ ਦੀਦੀ ਅੱਜ ਮਹੀਆਂ ਤੇ 9-10 ਵਾ ਤੇ ਐਡਰੈਸ ਬੋਲ ਦੋ ਫਿਰ ਪਹਿਲੋ ਜੀ ਮਤਲਬ ਕਿ ਦੁੱਧ ਵਾਲੀਆਂ ਲਈਆਂ ਵਾ ਸਾਡੇ ਕੋਲ ਅੱਛਾ ਜੀ ਚੰਗੀਆਂ ਦੁੱਧ ਵਾਲੀਆਂ ਵਾ ਬਾਕੀ ਚਲੋ ਮਾਲ ਦੇ ਵਿੱਚ ਸਨੀਪ ਜੀ ਪੈਕ ਨਹੀਂ ਵੇਖਿਆ ਜਿਹੜੀ ਅੱਗੇ ਮੈਂ ਬੇਟੇ ਨੇ ਆਖਿਆ ਸੀ ਨਾ ਤੁਹਾਨੂੰ ਵੀ ਉਹਨੂੰ ਘਿਓ ਮਤਲਬ ਕਿ ਅਸੀਂ ਕਿਲੋ ਚਾ ਰਿਹਾ ਵਾ ਸਾਡੇ ਘਿਓ ਦੀ ਤੇ ਲਾਜ ਹੀ ਲਾਤੀ ਜੀ ਅੱਛਾ ਜੀ ਘਿਓ ਦੀ ਤੇ ਲਾਜ ਹੀ ਲਾਤੀ ਜੀ ਕਿਲੋ ਹੀ ਚਾ ਰਿਹਾ ਜੇ 2-4 ਹੁੰਦੇ ਪਤਾ ਨਹੀਂ ਉਹਨੇ ਕੀ ਕਰ ਦੇਣਾ ਸੀ ਠੀਕ ਹੈ ਜੀ ਘਿਓ ਕਿਆ ਕਿ ਕੁੜੀ ਇਹ ਵੀ ਗੱਲ ਇਦਾਂ ਆ ਵੀ ਕਈ ਗੱਲ ਇਦਾਂ ਆ ਇਹੋ ਜਿਹੇ ਹੈਗੇ ਆਂਦੇ ਸੀ ਘਿਓ ਖਾ ਕੇ ਭਲਵਾਨ ਬਣਨਾ ਵਾ ਤੇ ਮੁੜ ਕੇ ਕਰਦੇ ਕੱਖ ਨਹੀਂ ਉਹ ਕੰਮ ਇਹਦਾ ਮਹੀਦਾ ਆ ਅੱਛਾ ਕੁਛ ਨਹੀਂ ਕੀਤਾ ਜੀ ਆ ਕੇ ਤੇ ਗੱਲ ਇਦਾਂ ਕੀਤਾ ਨੇ ਕੱਖ ਨਹੀਂ ਮੈਂ ਨਾ ਅਸਲ ਤੇ ਸੰਦੀਪ ਜੀ ਇਹ ਗੱਲ ਇਦਾਂ ਗੱਬਣ ਮੈਂ ਹਾਂ ਗੱਬਣ ਮੈਂ ਕੋਈ ਵਪਾਰੀ ਕਈ ਆ ਦਿੰਦੇ ਆ ਮੈਂ ਤੇ ਚਲੋ ਸਿੱਧੀ ਗੱਲ ਕਰਦਾ ਆ ਦਿੰਦੇ ਆ ਵੀ ਅਸੀਂ ਦੱਸ ਦਿੰਦੇ ਆ ਮੈਂ ਦੇ ਵਿੱਚ ਜੋ ਵੀ ਫਾਲਟ ਹੋਵੇ ਹਾਂਜੀ ਪਰ ਮੈਂ ਸੰਦੀਪ ਜੀ ਇੱਕ ਥਣ ਹਵਾ ਭਰਦਾ ਨਿਕਲਿਆ ਅੱਛਾ ਜੀ ਜਦੋਂ ਗੱਬਣ ਸੀ ਉਦੋਂ ਦੋ ਦੋ ਧਾਰਾਂ ਤਿੰਨ ਤਿੰਨ ਆਈਆਂ ਹਾਂਜੀ ਪਿੱਪਲੀ ਐ ਉਂਗਲ ਉਂਗਲ ਜਿਹੜੀ ਮੋਟੀ ਹੁਣ ਵੀ ਮੈਂ ਦੀ ਚੋਣ ਬੜੀ ਚੰਗੀ ਜੀ ਹਾਂਜੀ ਕੋਈ ਨਾੜ ਨਹੀਂ ਕੋਈ ਗਿਲਟੀ ਨਹੀਂ ਥਣ ਦੇ ਵਿੱਚ ਹਾਂਜੀ ਮੈਂ ਸੋਈ ਉਹ ਪਹਿਲੀ ਵੀਡੀਓ ਚ ਪਾਈ ਸੀ ਨਾ ਆਪਾਂ 70 ਮੁੱਲ ਕੀਤਾ ਹਾਂਜੀ 70 ਦੀ ਸੰਦੀਪ ਜੀ ਸਾਡੇ ਕੋਲ ਬੰਦਿਆਂ ਨੇ ਮੈਂ ਲੈ ਲਈ ਸਾਈ ਪਾਰਟੀ ਨਾ ਬੰਦੇ ਨੇ 1000 ਰੁਪਇਆ ਸਾਈ ਪਾਰਟੀ ਮੈਂ ਸੂਪੀ ਮੈਂ ਭਾਜੀ ਸੂਪੂ ਤੇ ਫਿਰ ਕਲਾਵਾਂਗੇ ਹਾਂਜੀ ਹਾਂਜੀ ਤਾਂ ਦੇ ਵਿੱਚ ਠੀਕ ਆ ਉਹ ਸੰਦੀਪ ਜੀ ਮੈਂ 70 ਦੀ ਸਾਡੇ ਕੋਲ ਬੰਦਿਆਂ ਨੇ ਲੱਲੀ ਇਹਦੇ ਚਲ 500 ਛੋੜ ਕਰ ਦਿਓ ਮੈਂ ਸੰਦੀਪ ਜੀ ਗੱਲ ਇਦਾਂ ਹਵਾ ਭਰਦਾ ਥਾਂ ਅੱਛਾ ਜੀ ਜਦੋਂ ਚਾਰ ਧਾਰਾਂ ਮਾਰੀਏ ਤੇ ਐ ਲੱਗ ਸਾਡੇ ਜਿਹਦਾ ਖਤਮ ਹੋ ਜਾਂਦਾ ਠੀਕ ਹੈ ਜੀ ਉਹਨੂੰ ਛੱਡ ਕੇ ਤੇ ਫੇਰ ਮਲਕੇ ਪਸਮਾ ਪਾਉਂਦੀ ਹੈ ਚਾਰ ਧਾਰਾਂ ਮਾਰੀਏ ਤੇ ਫੇਰ ਉਹ ਸਾਡੇ ਤੋਂ
ਬਿਲਕੁਲ ਜੀ ਬਿਲਕੁਲ ਹਵਾ ਭਰਦਾ ਨਹੀਂ ਪਤਾ ਲੱਗਦਾ ਮੈਂ ਹੁਣ ਕੁੜੀ ਵੀ ਗੱਲ ਤੁਹਾਡੀ ਗਲਤ ਹੋ ਗਈ ਉਹਨਾਂ ਬੰਦਿਆਂ ਨੂੰ ਅਸੀਂ ਫੋਨ ਕੀਤਾ ਭਾਜੀ ਮੈਂ ਤੁਹਾਡੇ ਦੇਣ ਵਾਲੇ ਉਹ ਆਂਦੇ ਵੀ ਤੁਸੀਂ ਝੂਠ ਬੋਲਦੇ ਮੈਂ ਅੱਜ ਤੁਹਾਡੀ ਲਾਂਬੇ ਵੱਧ ਵੇਖਦੀ ਹੈ ਹਾਂਜੀ ਉਹ ਬੰਦੇ ਚੇਚੇ ਫਿਰ ਸਾਡੇ ਕੋਲ ਇੱਥੇ ਆਏ ਹਾਂਜੀ ਮੋਟਰਸਾਈਕਲ ਤੇ ਚੜੇ ਆਏ ਉਹਨਾਂ ਫਿਰ ਮੁੜ ਕੇ ਮੈਂ ਸਾਡੇ ਅਸੀਂ ਬੱਚਾ ਛੱਡ ਕੇ ਵਿਖਾਲੀ ਤੁਹਾਨੂੰ ਮੈਂ ਜੁੜ ਜਾਂਦੇ ਨਹੀਂ ਭਾਈ ਤੁਸੀਂ ਸੱਚੀ ਜੀ ਹਾਂਜੀ ਚਲੋ ਮੈਂ ਸਾਡੇ ਕੋਲ ਦੂਜੀ ਹੋਰ ਇੱਕ ਲੈ ਗਈ ਹਾਂਜੀ ਵੀ ਹੋਰ ਲੈ ਗਏ ਹੁਣ ਮੈਂ ਅਸੀਂ ਚਲੋ ਅੱਜ ਵੇਚ ਦੇਣੀ ਜੇ ਕਿਸੇ ਦਾ ਮਨ ਹੋਵੇ ਤੇ ਮੈਂ ਕੋਈ 8 ਕਿਲੋ ਬੋਲਾ ਹੀ ਆ ਠੀਕ ਹੈ ਜੀ ਉਹਦਾ ਮੈਂ 8 ਕਿਲੋ ਤੇ ਮੈਂ ਨੂੰ ਅੱਜ ਸੂਈ ਨੂੰ 7-8 ਦਿਨ ਹੋ ਗਏ ਆ ਹਾਂਜੀ ਮਤਲਬ ਕਿ 9 ਤਰੀਕ ਦੀ ਵੀਡੀਓ ਪਾਈ ਸੀ ਹਾਂਜੀ 10-11 ਤਰੀਕ ਦੀ ਮੈਂ ਸੂਈ ਆ ਠੀਕ ਹੈ ਜੀ ਅੱਜ ਮਤਲਬ ਕਿ ਦਿਨ 8-9 ਹੋ ਗਏ ਆ ਹਾਂਜੀ ਹਾਂਜੀ ਹੁਣ ਮੈਂ ਕੋਈ 8-9 ਕਿਲੋ ਤਰਾ ਦੁੱਧ ਹੈਗਾ ਵਾ ਠੀਕ ਹੈ ਜੀ ਚਾਹ ਪਾਣ ਉਹ ਵੀ ਖਾ ਲਦੇ ਅੱਜ ਹਾਂਜੀ ਹਾਂਜੀ ਮਤਲਬ ਕਿ ਗੱਲ ਦਾ ਮੈਂ ਰਹਿ ਗਈ ਹੁਣ ਘਾਟਾ ਵਾਧਾ ਕਰਕੇ ਚਲੋ ਸੁਣੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਇਹ ਆ ਜਿਹੜਾ ਮੁਨਾਫੇ ਲੈਣੇ ਆ ਤੇ ਬਿਲਕੁਲ ਭਾਜੀ ਪਹਿਲੋ ਘਾਟੇ ਦਾ ਨਾਮ ਆ ਤੇ ਫਿਰ ਵਾਧੇ ਦਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਨੀਲੀ ਆ ਪਹਿਲੇ ਸੁਬੀ ਆ ਝੋਟੀ ਅੱਛਾ ਨੀਲੀ ਲਿਆ ਦੇ ਹੈ ਜੀ ਚੌਕੀ ਪਿੰਡੋਂ ਲਈ ਨੀਲੀ ਅੱਛਾ ਇਹ ਬੰਦਿਆ ਕੋ ਸ਼ੈਡ ਦਵਾ ਗਾਈਆਂ ਦਾ ਹਾਂਜੀ ਹਾਂਜੀ ਨੀਲੀ ਦੀ ਆ ਹਾਂਜੀ ਚੌਕੀ ਨੂੰ ਮਖਾਲ ਦੇ ਚਾਰ ਦਾ ਨਜ਼ਾਰਾ ਦੇਖੋ ਵਾਹ ਤੇ ਟਾਈਮ ਲੈ ਜੂਗਾ ਜੀ ਥੋੜਾ ਜੀ ਹਾਂਜੀ ਹਾਂਜੀ ਬਾਬਾ ਜੀ ਆ ਦੇਖੋ ਜੀ ਨੀਲੀ ਚੌਕੀ ਦੇ ਦੇ ਨੇ 15 ਦੇਖੋ ਪਿਓਰ ਨੀਲੀ ਦਾ ਵੀ ਜੀ ਆ ਦੇਖੋ ਸਿੰਗ ਤੇ ਨਹੀਂ ਹਿਲਦੇ ਭਾਈ ਜੀ ਨਹੀਂ ਨਹੀਂ ਹਿਲਦੇ ਆ ਦੇਖੋ ठीक है जी बस ठीक ठीक चार दम चार दम चौगी दो उधर हाँ जी हाँ बिल्कुल हाँ जी ठीक है जी आ देखो ठीक है जी अच्छी नी मां ठीक है जी पता भी गल ऐसा कई गल ऐसा होंगे रिकॉर्ड है जी कर भी सारी नहीं गल की जिदा मैं हां जी हां बिलकुल चर्बी नहीं है हां जी हां जे तो किसी हूं लैनी होगी हां जी ਤਿਆਰ ਹੈ ਦਸ ਲੀਟਰ ਦੁੱਧ ਤਿਆਰ ਹੈ ਜੀ ਆ ਦੇਖੋ ਆ ਦੇਖੋ ਲਿਆਓ ਬੱਚਾ ਜੀ ਕੱਟੀ ਕੱਟਾ ਜੀ ਕੱਟਾ ਜੀ ਬਹੁਤ ਸੋਹਣੀ ਝੋਟੀ ਜੀ ਦੇਖੋ ਪਰਲਾ ਪਾ
कोई गल नहीं नारा रेख तू दली रेखो डेढ़ किलो गाड़ मैं नहीं डेढ़ पाउंड ठीक है जी ठीक ठीक है चलो मगर ले मारना जी मैं देना चोई ना दीजिए है नी चोई ना दीजिए चोलो चोलो जी कौन चोलो चोई टाइम हो चुके मेरे साथ बड़ा बच्चा बालो जी ठीक है जी पांच बारी बस पांच बारी बस बस पांच बारी गए जे कि नाम भी मतलब साडे ते यकीन हो संदीप जी कैमरे लगे आ नहीं कोई चक्कर कैमरे तो चेक करा दांगे हां कोई गल नहीं कैमरे तो चेक करा दांगे भाऊआ वेख लो देखो ठीक है ठीक है
चौथा दिन जी देखो तो दुद्ध तैयार किन्ना भाई जी 8 लीटर बोला जी देखो बहुत सोनी झोटी है जी देखो ले जाओ जी देखो जी हाँ जी हाँ बिलकुल जी देखो बहुत सोहना रेट है जी 2,68,000 जी देने देखो देखो जी टाइम ले जू हजे जी दस दिन लगेगा है ना देखो जी ठीक है जी तो भाई इनकी कीमत भाई जी दूजा सूआ जी देखो ये भी टाइम ले जो हजे जी बहुत पली ₹80,000 ये भी कपड़े जी ये कपड़े जी हां जी ये सुबह से जा मिली जी हां जी हां जी मैं बल्कि गल दा उधर दी जी अच्छा जी ये भी इधर आज ही आई थी ठीक है जी ठीक है ये तो बुद्ध बुद्ध पाया इधर से दम आदमी खड़ी थी लोरी छोटी 14 किलो कटदी है 14 किलो है जी ठीक पर हां लेके हफ्ता ले आना तो यारी वड्डी आने चल हां जी चार दिन बज्जी भी रहू ना बिल्कुल जी बिल्कुल कोई नहीं चल देख जरूर मैं दो और बहुत चंगी लईया एक जलालपुर मैं लई है ठीक है जी
ਤੇ ਬਾਜੀ ਫਿਰ ਇਹਦੀ ਕਿਵੇਂ ਜੀ ਨਹੀਂ ਜੀ ਜੀ ਦੇ ਕਰਦਾ ਵਾ ਕਿ ਲਾਠੀ ਮੱਗੀ ਜੇ ਮੈਂ ਕਿ ਨਹੀਂ ਕਹਿ ਦਿੰਦੇ ਸਾਨੂੰ ਇੱਕ ਮਤਲਬ ਕਿ ਗੱਲ ਦਾ ਵਪਾਰੀਆਂ ਨੂੰ ਇਹ ਗੱਲ ਬੜੀ ਹੀ ਵਧੀਆ ਕਹਿ ਦਿੰਦੇ ਆ ਹਾਂਜੀ ਵੀ ਯਾਰ ਲੋਕਾਂ ਨੂੰ ਹਾਂਜੀ ਅਸੀਂ ਲੋਕਾਂ ਨੂੰ ਸੁਣੀ ਸੀ ਕੀ ਆਖਣਾ ਮਾਲ ਇਹ ਸਾਡਾ ਵਾ ਹਾਂਜੀ ਹਾਂ ਮੇਰੇ ਆਮ ਵੀਡੀਓ ਵਿੱਚ ਪਤਾ ਕੀ ਕਹਿੰਦੇ ਵੀ ਲੋਕਾਂ ਨੂੰ ਸਾਡਾ ਵੀ ਜੀ ਕਰਦਾ ਵੀ ਇੰਨਾ ਮੁੱਲ ਮੰਗਿਆ ਜੀ ਮੈਂ ਮੇਰੀ ਆ ਮੇਰੀ ਆ ਮੇਰੀ ਸਹੀ ਗੱਲ ਹੈ ਇੰਨਾ ਮਰਜ਼ੀ ਮੰਗੀ ਜਾਵੇ ਕਿਹੜੀ ਗੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਅਗਲਾ ਇੰਨੇ ਮਰਜ਼ੀ ਮੰਗੀ ਜਾਵੇ ਹਾਂਜੀ ਮੈਂ ਤਾਂ 3 ਲੱਖ ਦੀ ਹੈ ਸੰਦੀਪ ਹਾਂਜੀ ਹਾਂਜੀ 90000 ਦੇ ਦੇ ਠੀਕ ਹੈ ਜੀ ਬਾਕੀ ਹੋਰ ਮਾਣ ਯਾਰ ਕਰਦਾ ਕਰ ਦੋ ਮਾਣ ਆ ਜਾਓ ਇਧਰ ਆ ਜਾਓ ਇਹ ਗਾਈਆਂ ਜੀ ਦੋ ਹਾਂਜੀ ਹਾਂਜੀ ਠੀਕ ਹੈ ਜੀ ਇਹ ਸ਼ਾਹੀ ਆ ਸੁਈ ਜੇ ਆ ਚੌਥਾ ਦੇ ਨਾਲ ਸੁਈ ਅੱਛਾ ਜੀ ਦੁੱਧ ਦੇ ਕੋਲ ਹੋਊਗਾ 10 ਕ ਲੀਟਰ ਬੁੜਾ ਠੀਕ ਹੈ ਇਹਨੂੰ ਸੰਦੀਪ ਜੀ ਇੱਕ ਗੱਲ ਹੋਰ ਵੀ ਜੇ ਹਾਂਜੀ ਇਹਨੂੰ ਨਿਆਣਾ ਪਾ ਲਓ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਬਿਨਾ ਨਿਆਣੇ ਨੂੰ ਚੋਲੋ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਸੂਆ ਕਿੰਨਾ ਹੋਊਗਾ ਜੀ ਪਹਿਲਾ ਸੂਆ ਜੀ ਹਾਂਜੀ ਦੁੱਧ 10 ਲੀਟਰ ਬੋਲਾ ਜੀ ਅੱਛਾ ਜੀ ਵੀ 10 ਲੀਟਰ ਬੋਲਾ ਜੀ ਨਹੀਂ ਤੇ ਸ਼ਾਹੀ ਵਾਲਾ ਗਾਂ ਜਿਹੜੀ ਹੈ ਨਾ ਨਿਆਣੇ ਵਾਲੀ ਹੋਵੇ ਹਾਂਜੀ ਹਾਂਜੀ ਉਹ ਨਿਆਣੇ ਬਗੈਰ ਨਹੀਂ ਮਿਲਦੀ ਤੇ ਜਿਹੜੀ ਬੱਚੇ ਉਸ ਤਰ੍ਹਾਂ ਬਿਨਾ ਨਿਆਣੇ ਨੂੰ ਉਹ ਜੇ ਨਿਆਣਾ ਪਾ ਕੇ ਨਿਆਣਾ ਵੀ ਪਾਉਂਦੀ ਇਹ ਦੋਵੇਂ ਕੰਮ ਕਰਾ ਲੈਂਦੀ ਜੀ ਦੋਵੇਂ ਕੰਮ ਹੀ ਹੈ ਜੀ ਭਾਵੇਂ ਬਿਨਾ ਨਿਆਣੇ ਚੋਲੋ ਤੇ ਭਾਵੇਂ ਨਿਆਣਾ ਪਾ ਕੇ ਚੋਲੋ ਠੀਕ ਹੈ ਜੀ ਤੇ ਇਹਦੀ ਕੀਮਤ ਜੀ ਫਿਰ ਮੋਲ ਤੇ ਸੰਦੀਪ ਜੀ 32 ਆ ਤੇ 30 ਤੇ 28000 ਦੀ ਦੇ ਦਾਂ 28000 ਦੀ ਦੁੱਧ 13 14 ਕਿਲੋ ਕੱਢੂਗੀ ਹਾਂਜੀ ਤੇ ਦੁੱਧ ਵੀ ਕੱਢੂਗੀ 6 ਫੈਂਟ ਦਾ 6 ਫੈਂਟ ਦਾ 5.5 6 ਠੀਕ ਹੈ ਇਧਰ ਆ ਜਾਓ ਦੱਦੇ ਵੱਡੇ ਥੋੜੇ ਗੈਰ ਇਹ ਪਹਿਲਾ ਸੂਆ ਜੀ ਇਹ ਸੂਆ ਪਹਿਲਾ ਜੀ ਹਾਂਜੀ ਹਾਂਜੀ ਵਸੀ ਇਹ ਰਾਤ ਦੀ ਸੂਈ ਜੀ ਤੇ ਇਹਦੇ ਸਿਰ ਦੁੱਧ ਜੀ ਬੋਲੇ ਹੋਣਾ ਜੀ ਸਵੇਰੇ ਚੋਰੀ ਆ 5 ਕਿਲੋ ਬੱਚੇ ਵੀ ਕਰਦੇ ਜੀ ਅੱਛਾ ਜੀ 5 ਕਿਲੋ ਸੂਈ ਜੀ ਠੀਕ ਹੈ ਜੀ ਇਹ ਮਤਲਬ ਕਿ ਬਰੀਡ ਬਰਾਡ ਬਹੁਤ ਜਿਆਦਾ ਦੇਖੋ ਬੂਟੀ ਕਿੱਡੀ ਵਧੀਆ ਹਾਂਜੀ ਹਾਂ ਆ ਸੀਲ ਠੰਡੀ ਜੀ ਬਿਲਕੁਲ ਜੀ प्योर ब्रीड बेच है ना जी मैं गल ही नहीं करना इधर देखो हाँ जी हाँ हवा कितों भाजी फिर जी बिलकुल बिलकुल अठ नौ लीटर है ना जी लो जी ਤੇ ਬਾਜੀ ਫਿਰ ਇਹਦੀ ਕੀਮਤ ਜੀ ਫਿਰ ਸੁਨੀਲ ਜੀ ਹੁਣ ਤੇ ਭਾਅ ਭੂ ਨਹੀਂ ਦਾ ਕਰਨਾ ਹਾਂਜੀ ਉਤਰਾ ਮੋਲ ਤੇ ਚਲੋ 50 ਮੰਗੀ ਜਾਈਏ ਹਾਂਜੀ 45 ਦੀ ਦੇ 45000 ਰੁਪਏ ਦੁੱਧ 10000 ਕਿਲੋ ਮੈਂ ਕੱਢੀ ਜਾਉਂ ਬਾ ਠੀਕ ਹੈ ਜੀ ਜਿਹੜੀ ਗੱਲ ਆਪਾਂ ਪਹਿਲਾਂ ਦੱਸੀ ਇਹ ਵੀ ਇਹਦਾ ਥਾਣ ਜਿਹੜਾ ਹੋਵੇ ਨਾ ਹਾਂਜੀ ਹਵਾ ਭਰਦਾ ਜੀ ਹਾਂਜੀ ਹਾਂ ਮਤਲਬ ਕਿ ਬਾਕੀ ਤੇ ਦਾ ਥਾਣ ਓਕੇ ਆ ਠੀਕ ਹੈ ਜੀ ਜਿਹੜਾ ਇੱਕ ਬਹਿਣੀ ਜਾਂਦਾ ਮਗਰਲਾ ਥਾਣ ਹੋਣਾ ਹਾਂਜੀ ਫੋਨ ਜਾਰੇ ਹਰ ਚਾਉਂਦੇ ਜੇ ਇਹੋ ਜੀਆਂ ਦੇ ਆਂਦੇ ਵੀ ਨਿੱਕੀਆਂ ਰਹਿਣਾ ਬਹੁਤ ਹੌਲੇ ਮੁੱਲਦੀਆਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਚਲੋ ਅੱਛਾ ਹੌਲੇ ਮੁੱਲਦੀਆਂ ਪਿੰਡੋਂ ਲਈ ਜੀ ਇਹ ਸੂਈ ਇਹ ਕੱਪੜੇ ਜੀ ਸੂਈ ਆ ਸੂਈ ਆ ਜੀ ਇਹ ਪਰਸੋਂ ਦੀ ਸੂਈ ਜੀ ਅੱਛਾ ਜੀ ਇਹ ਪਿੰਡੋਂ ਲਈ ਜੀ ਆਪਣੇ ਤਾਂ ਉਹ ਤੇ ਜਾਗਵਾ ਠੀਕ ਹੈ ਜੀ ਸਾਂਭੀ ਹੁੰਦੀ ਥੋੜੀ ਜੀ ਭਾਗਵਾ ਤੇ ਦੁੱਧ ਤਿਆਰ ਕਿੰਨਾ ਜੀ ਨਹੀਂ ਜੀ ਦੁੱਧ 7 ਕਿਲੀਟਰ 7 ਕਿਲੀਟਰ ਜੀ ਹਾਂਜੀ ਹਾਂ ਬਿਲਕੁਲ ਜੀ ਆ ਦੇ ਉਨੀ ਹਜ਼ਾਰ ਇਧਰ ਆ ਜਾਓ
ਇਹ ਵੀ ਸੂਈ ਹੈ ਨਾ ਜੀ ਤੇ ਦੁੱਧ ਦੀ ਜੀ 15 ਕਿਲੋ ਦੁੱਧ 15 ਕਿਲੋ ਤਿਆਰ ਹੈ ਜੀ 15 ਕਿਲੋ ਭਾਵੇਂ ਹੈ ठीक है ठंडी बड़ी है बाकी आया क्यों क्या साफ सूफ नहीं की ठंड बड़ी है ते भाजी फिर इनकी कीमत जी 25,000 रुपया ते जो दो में कोई माल ही का पूना लेके बेचने ना दो में फिर कितने देते रहे हैं दो में पशु है जी ते फिर भी इत्थे आके एक टाइम दो टाइम चवाई जरूर कोई सही है भाई जी आ जाओ जी सही है कि नहीं जी आज फिर भी तसली करके लेके जावे बिलकुल जी बिलकुल ਮਾਲਕ ਦੀ ਕਿਰਪਾ ਨਾਲ ਗਾਹਕ ਬੜਾ ਆਉਂਦਾ ਸੰਦੀਪ ਜੀ ਹਾਂਜੀ ਹਾਂ ਜਿਹੜਾ ਕਿਹਦਾ ਜਦਾ ਆਵੇ ਭੈੜ ਭਰਾ ਨੂੰ ਮਲ ਕੇ ਲੱਗਣ ਲੈਣ ਵਾਲੀ ਬੈਠੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਹਾਂ ਇਹ ਨੇੜੇ ਹੋਏ ਦੂਰੋਂ ਹੈ ਜੀ ਹਾਂਜੀ ਨੇੜੇ ਕਿ ਦੂਰੋਂ ਨਹੀਂ ਆ ਭਾਈ ਹੋ ਗਏ ਆਏ ਆ ਮੈਸਮਪੁਰ ਕਿਹੜਾ ਪਿੰਡ ਭਾਈ ਮੈਸਮਪੁਰਾ ਆ ਜਾਓ ਭਾਈ ਤੁਹਾਡਾ ਚਵਿੰਡਾ ਦੇ ਆ ਜਾ ਇਹ ਭਾਜੀ ਹਣੀ ਤੇ ਪਰਲੇ ਤੇ ਉਹ ਨੀਲੇ ਪਰਨੇ ਵਾਲੇ ਸਾਡੇ ਮੈਂਬਰ ਸਾਹਿਬ ਸਾਡੇ ਪਿੰਡ ਅੱਛਾ ਜੀ ਅੱਛਾ ਇਹਨਾਂ ਦੇ ਗਾੜੀ ਰਿਸ਼ਤੇਦਾਰ ਆਏ ਆ ਠੀਕ ਹੈ ਜੀ ਸਸੀ ਗੱਲ ਜੀ ਲੈ ਲਿਆ ਮੰਗੇ ਲੈਣੀ ਹੈ ਜੀ ਅਜੇ ਲੈਣੀ ਹੈ ਜੀ ਅਜੇ चलो ठीक है जी अच्छा अगे लेके जी तो कि निकले जी बहुत वजिए निकले है जी चलो अभी अपनी गरंटी तक लाई हाँ जी हाँ बिल्कुल जी बिल्कुल मईया बड़िया उधर भी साढ़े को हाँ जी ये भाजी ने आते भी मई गबण हाँ जी हाँ जी गरंटी है हाँ जी हाँ जी चलो वैसे उस तरह कल भी साढ़े को बंद मईया लिया हाँ जी वो आते गबड़ मैं थाना उदयपुरे की गरंटी चुको मैं भाजी मैंने तो लग गए जी हाथ हाँ जी गबड़ तो मैं गबड़ की मैं कोई गरंटी थाना की नहीं पिछे की गरंटी है हाँ जी बाकी और पठा गरंटी है गरंटियां आप संदीप जी दे दी सारी चीज है मुड़के गल थाना तो कोई गल बिल्कुल अपने लिए तो ट्राई करी दी रुपये पर आ जो काम जितना वेख लो हवा भर का थान निकलिया इन्ना जी गरंटी संदीप जी दे दी ए मुड़के गल इदा साढ़े घर लैना लग जाए फिर बच जाए मई निकले चलो ठीक है।